ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਪੰਜਾਬੀ ਜਾਗਰਣ ਅਖਬਾਰ ਵਿੱਚ ਅੰਮ੍ਰਿਤਪਾਲ ਸਿੰਘ ਪ੍ਰੈਸ ਰਿਪੋਰਟਰ ਵੱਲੋਂ ਮੁਲਾਜ਼ਮਾਂ ਦੀ ਭਰਤੀ 'ਚ ਮੈਂਬਰਾਂ ਨੂੰ ਨਹੀਂ ਮਿਲਿਆ ਸਿਫਾਰਸ਼ ਲਈ ਬਰਾਬਰ ਦਾ ਅਧਿਕਾਰ ਦੇ ਤਹਿਤ ਹੈਡਿੰਗ ਤਹਿਤ ਇੱਕ ਖਬਰ ਲਾਈ ਗਈ ਬਾਬਾ ਬੂਟਾ ਸਿੰਘ ਜੀ ਦੇ ਵਿਆਹ 'ਤੇ। ਇਸ ਸੰਬੰਧੀ ਬਾਬਾ ਬੂਟਾ ਸਿੰਘ ਜੀ ਨਾਲ ਮੈਂ ਗੱਲ ਕੀਤੀ, ਉਹਨਾਂ ਦਾ ਮੈਨੂੰ ਫੋਨ ਆਇਆ ਕਿ ਮੈਂ ਇਹ ਖਬਰ ਨਹੀਂ ਲਾਈ, ਮੇਰੇ ਵਿਹਾਵ 'ਤੇ ਜਿਹੜੀ ਖਬਰ ਲੱਗੀ ਆ ਮੈਂ ਇਸ ਦੀ ਖੰਡਨ ਕਰਦਾ। ਮੈਂ ਇਸ ਸੰਬੰਧੀ ਬਾਬਾ ਬੂਟਾ ਜੀ ਦੇ ਵਿਹਾਵ 'ਤੇ ਅੰਮ੍ਰਿਤਪਾਲ ਨੇ ਵੀ ਨਾ ਗੱਲ ਕੀਤੀ। ਅੰਮ੍ਰਿਤਪਾਲ ਸਿੰਘ ਨੇ ਵੀ ਦੱਸਿਆ ਕਿ ਮੈਨੂੰ ਇਹ ਭੁਲੇਖਾ ਲੱਗ ਗਿਆ ਸੀ ਕਿ ਮੈਨੂੰ ਕੱਲ੍ਹ ਫੋਨ ਆਇਆ ਸੀ ਬੂਟਾ ਸਿੰਘ ਜੀ ਦਾ, ਪਰ ਉਹ ਮੈਨੂੰ ਅੱਜ ਪਤਾ ਲੱਗਿਆ ਕਿ ਉਹ ਬਾਬਾ ਬੂਟਾ ਸਿੰਘ ਨਹੀਂ, ਉਹ ਬੂਟਾ ਸਿੰਘ ਰਣਸੀਕੇ ਨੇ ਜੋ ਸਤਿਕਾਰਯੋਗ ਨੇ ਪਰ ਮੈਂਬਰ ਸ਼੍ਰੋਮਣੀ ਕਮੇਟੀ ਨਹੀਂ। ਮੈਂ ਪ੍ਰੈਸ ਰਿਪੋਰਟਰ ਨੂੰ ਬੇਨਤੀ ਕਰਦਾ ਕਿ ਕੋਈ ਵੀ ਖਬਰ ਜਿਹੜੀ ਉਹ ਲਾਉਣ ਲੱਗਿਆਂ ਪਹਿਲਾਂ ਉਹਦੇ ਸੱਚਾਈ ਜਾਣ ਕੇ ਫਿਰ ਲਾਉਣੀ ਚਾਹੀਦੀ ਹੈ, ਕਿਉਂਕਿ ਬਾਅਦ 'ਚ ਆਪਾਂ ਖੰਡਣ 'ਤੇ ਕਰ ਦਿੰਦੇ ਹਾਂ ਪਰ ਇੱਕ ਵਾਰ ਜਿਹੜਾ ਉਹ ਲੋਕਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਦੀ ਆ। ਇਹ ਕਰਕੇ ਜਿਹੜੀ ਇਹ ਖਬਰ ਲੱਗੀ ਆ ਬਾਬਾ ਬੂਟਾ ਸਿੰਘ ਦੇ ਨਾਂ 'ਤੇ, ਇਹ ਬਿਲਕੁਲ ਕੋਰੀ ਝੂਠ ਆ, ਇਸ ਵਿੱਚ ਕੋਈ ਸੱਚਾਈ ਨਹੀਂ। ਇਸ ਖਬਰ ਦੀ ਅਸੀਂ ਨਿਖੇਧੀ ਕਰਦੇ ਹਾਂ। ਪੰਜਾਬੀ ਜਾਗਰਣ ਅਦਾਰੇ ਨੂੰ ਬੇਨਤੀ ਆ ਕਿ ਇਸ ਜਿਹੜੀ ਖਬਰ ਲੱਗੀ ਆ ਬਾਬਾ ਬੂਟਾ ਸਿੰਘ ਦੇ ਵਿਆਹ 'ਤੇ, ਇਹਦੀ ਸੱਚਾਈ ਜਾਣ ਕੇ ਇਹਦਾ ਖੰਡਨ ਜਿਹੜੀ ਉਹ ਕੱਲ੍ਹ ਦੇ ਅਖਬਾਰ 'ਚ ਕਰਨ, ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ। ਪਰ ਇਸ ਨਾਲ ਇਹ ਪ੍ਰੈਸ ਰਿਪੋਰਟਰ ਨਾਲ ਸਮੁੱਚਿਆਂ ਨੂੰ ਬੇਨਤੀ ਹੈ ਕਿ ਕੋਈ ਵੀ ਖਬਰ ਜਿਹੜੀ ਉਹ ਕਿਸੇ ਦੇ ਖਿਲਾਫ਼ ਲਾਉਣ ਤੋਂ ਪਹਿਲਾਂ ਉਹਦੀ ਸੱਚਾਈ ਜ਼ਰੂਰ ਜਾਣ ਲਿਆ ਕਰਨ, ਤਾਂ ਕਿ ਕਿਸੇ ਦੇ ਵੀ ਹਿਰਦੇ ਨੂੰ ਠੇਸ ਨਾ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀਆਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਇੱਕ ਮੇਰੇ ਨਾਂ 'ਤੇ ਪੰਜਾਬੀ ਜਾਗਰਣ ਅਖਬਾਰ ਦੇ ਵਿੱਚ ਅੰਮ੍ਰਿਤਸਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਪੱਤਰਕਾਰ ਨਾਮ ਦੇ ਕੋਈ ਪੱਤਰਕਾਰ ਨੇ ਖਬਰ ਲਾਈ ਹੈ ਜੋ ਕਿ ਮੇਰਾ ਉਸ ਖਬਰ ਨਾਲ ਕੋਈ ਸੰਬੰਧ ਨਹੀਂ ਹੈ, ਮੈਨੂੰ ਤਾਂ ਪੁੱਛਿਆ ਤੱਕ ਵੀ ਨਹੀਂ ਹੈ। ਉਹ ਕੋਈ ਹੋਰ ਬੂਟਾ ਸਿੰਘ ਦੇ ਨਾਮ ਦੇ ਉੱਤੇ ਕੋਈ ਖਬਰ ਆਈ ਸੀਗੀ, ਇਹਦਾ ਮੈਂ ਖੰਡਨ ਕਰਦਾ ਵੀ ਉਹ ਖਬਰ ਨਾਲ ਮੇਰਾ ਕੋਈ ਤਲੋਕਾਤ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।